ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨ ਗੁਰਦੁਆਰਾ ਕੋਤਵਾਲੀ ਸਾਹਿਬ ਬਠਿੰਡੇ ਵਿਖੇ ਜਿਸ ਦੁਸ਼ਟ ਵਿਅਕਤੀ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀ ਉਸ ਦੁਸ਼ਟ ਦੀ ਕੱਲ ਦੀ ਮੌਤ ਹੋ ਚੁੱਕੀ ਹੈ। ਸਮੁੱਚੀਆਂ ਸੰਗਤਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਇਸ ਦੁਸ਼ਟ ਦੇ ਅੰਤਮ ਸੰਸਕਾਰ ਵਿੱਚ ਅੰਤਮ ਰਸਮਾਂ ਵਿੱਚ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨਣ ਵਾਲਾ ਬਿਲਕੁਲ ਸ਼ਾਮਲ ਨਾ ਹੋਵੇ ਔਰ ਇਹਦੀਆਂ ਅੰਤਮ ਰਸਮਾਂ ਗੁਰਮਤਿ ਰੋਹ ਰੀਤੀ ਦੇ ਅਨੁਸਾਰ ਬਿਲਕੁਲ ਨਾ ਕੀਤੀਆਂ ਜਾਣ। ਸਾਰੇ ਰਾਗੀ ਸਿੰਘਾਂ ਨੂੰ, ਪਾਠੀ ਸਿੰਘਾਂ ਨੂੰ, ਗ੍ਰੰਥੀ ਸਿੰਘਾਂ ਨੂੰ, ਕਥਾਵਾਚਕ ਸਾਹਿਬਾਨਾਂ ਨੂੰ, ਪ੍ਰਚਾਰਕ ਸਾਹਿਬਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਵੀ ਇਸ ਦੁਸ਼ਟ ਵਿਅਕਤੀ ਦਾ ਅਖੰਡ ਪਾਠ ਨਾ ਕਰੇ ਔਰ ਕੋਈ ਇਸ ਦੀ ਅਰਦਾਸ ਨਾ ਕਰੇ। ਸਾਰੇ ਪ੍ਰਬੰਧਕ ਸਾਹਿਬਾਨਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਗੁਰ ਅਸਥਾਨ ਤੋਂ, ਕਿਸੇ ਵੀ ਘਰ ਤੋਂ ਇਸ ਦੁਸ਼ਟ ਵਿਅਕਤੀ ਦੇ ਅਖੰਡ ਪਾਠ ਵਾਸਤੇ ਗੁਰੂ ਸਾਹਿਬ ਦੇ ਪਾਵਨ ਸਰੂਪ ਬਿਲਕੁਲ ਨਾ ਦਿੱਤੇ ਜਾਣ, ਕਿਉਂਕਿ ਇਸ ਦੁਸ਼ਟ ਨੇ ਜੋ ਕਾਰਾ ਕੀਤਾ ਉਹ ਅੱਤ ਨਿੰਦਣ ਯੋਗ ਹੈ। ਅੱਤ ਘਨਾਉਣਾ ਔਰ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਇਹਨੇ ਕੀਤੀ ਹੈ ਇਹ ਕਦੇ ਵੀ ਨਾ ਭੁਲਾਈ ਜਾ ਸਕਦੀ ਹੈ, ਨਾ ਬਰਦਾਸ਼ਤ ਕੀਤੀ ਜਾ ਸਕਦੀ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਅਪੀਲ ਤੇ ਆਪ ਜੀ ਨੇ ਜ਼ਰੂਰ ਹੀ ਪਹਿਰਾ ਦੇਣ ਦੀ ਖੇਚਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।